ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਮੈਂ ਸੁਦੀਰ ਕਸ਼ਪ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਤੇ ਅਕਾਲੀ ਦਲ ਦੇ ਜਿਹੜੇ ਯੂਥ ਦੇ ਨੇਤਾ ਨੇ ਅਵੀ ਰਾਜਪੂਜੀ ਆਓ ਨਾਲ ਗੱਲ ਕਰਦੇ ਤੇ ਨਾਲੇ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਕਿੱਦਾਂ ਦੇਖਦੇ ਹੋ ਹਲਾਤਾਂ ਨੂੰ ਸੱਸੀ ਕਸ ਸੁਦੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਤੁਸੀਂ ਕੀਮਤੀ ਸਮਾਂ ਕੱਢਿਆ ਆਪਣਾ ਦੇਖੋ ਜਿੱਦਾਂ ਮੌਜੂਦਾ ਹਾਲਾਤਾਂ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਪਾਸੇ ਤੇ ਕੈਪਟਨ ਸਾਹਿਬ ਨੇ ਇਹ ਕਿਹਾ ਸੀ ਕਿ ਆਪਾਂ ਯੁਵਾ ਜਿਹੜੇ ਆ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ ਜੇ ਨਹੀਂ ਰੋਜ਼ਗਾਰ ਦਿੰਨੇ ਤੇ ਬੇਰੋਜ਼ਗਾਰੀ ਭੱਤਾ ਦੇਵਾਂਗੇ ਛੋਟੇ ਵਪਾਰੀਆਂ ਨੂੰ ਅਸੀਂ ਜੜੀਆਂ ਸਹੂਲਤਾ ਦੇਵਾਂਗੇ ਠੀਕ ਹੈ ਜੀ ਬਜ਼ੁਰਗਾਂ ਨੂੰ ਆਪਾਂ ਪੈਨਸ਼ਨ ਵਧਾ ਕੇ ਦੇਵਾਂਗੇ ਮੈਨੂੰ ਤਾਂ ਲੱਗਦਾ ਨਹੀਂ ਆ ਉਤੋਂ ਇਹ ਕਰੋਨਾ ਦਾ ਮਹਾਕਾਲ ਆਇਆ ਪਿਆ ਕਰੋਨਾ ਦੀ ਮਹਾਮਾਰੀ ਦੇ ਵਿੱਚ ਕੈਪਟਨ ਸਾਹਿਬ ਨੇ ਪਹਿਲੋ ਕੀ ਕੀਤਾ ਯੂਥ ਨੂੰ ਸਭ ਤੋਂ ਪਹਿਲਾਂ ਤੇ ਬਚਾਉਣ ਦੇ ਲਈ ਸਾਨੂੰ ਜਿਹੜੇ ਤੰਦਰੁਸਤ ਰਹਿਣਗੇ ਤੇ ਜਿਹੜੇ ਉਹ ਬੱਚੇ ਰਹਿਣਗੇ ਨਸ਼ਿਆਂ ਤੋਂ ਬਾਹਰ ਰਹਿਣਗੇ ਉਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਬਾਕੀ ਸਾਰੇ ਕਾਰੋਬਾਰ ਚੱਲ ਰਹੇ ਨੇ ਠੇਕੇ ਚੱਲ ਰਹੇ ਨੇ ਉਹਨਾਂ ਨੇ ਕੀ ਕੀਤਾ ਯੂਥ ਨੂੰ ਜਿਹੜਾ ਵਾ ਨਸ਼ਿਆਂ ਵਲ ਤੇ ਖੇਲਣ ਲਈ ਜਿਹੜੇ ਜਿਮ ਵਾ ਜਾਂ ਕਸਤ ਕਰਨ ਦੇ ਉਹਨਾਂ ਦੇ ਜਗਾਵਾ ਵਾ ਰਨਿੰਗ ਕਰਨ ਲਈ ਜਿਹੜਾ ਸਟੇਡੀਅਮ ਆ ਉਹਨਾਂ ਚ ਕੀ ਕੀਤਾ ਉਹਨਾਂ ਨੇ ਬਿਲਕੁਲ ਉਹਨੂੰ ਬੰਦ ਕਰਵਾ ਦਿੱਤਾ ਤਾਲਾ ਲਵਾ ਦਿੱਤਾ ਉਹਦੇ ਨਾਲ ਕੀ ਹੋਇਆ ਜਿਹੜੇ ਯੁਵਾ ਜੰਗ ਜਨਰੇਸ਼ਨ ਕੰਮ ਕਰਗਾ ਸੀ ਆਪਣੇ ਸਿਰ ਦੇ ਉੱਤੇ ਉਹਨਾਂ ਦੀ ਜਿਹੜੀ ਆ ਰੋਟੀ ਦੇ ਉੱਤੇ ਲੱਤ ਮਾਰੀ ਇਹਨਾਂ ਨੂੰ ਕੀ ਚਾਹੀਦਾ ਜਿੱਦਾਂ ਬਾਕੀ ਚੀਜ਼ਾਂ ਚੱਲ ਰਹੀਆਂ ਵਾ ਜੇ ਵਿਆਹ ਸ਼ਾਦੀਆਂ ਚੱਲ ਰਹੀਆਂ ਵਾ ਠੇਕੇ ਚੱਲ ਰਹੇ ਆ ਬਾਕੀ ਜਿਹੜੇ ਛੋਟੇ ਵਪਾਰ ਆ ਉਹ ਚੱਲ ਰਹੇ ਆ ਇਹਨਾਂ ਨੂੰ ਯੂਥ ਦੇ ਲਈ ਵੀ ਜਿਹੜੇ ਕਸਰਤ ਵਾਲੇ ਇਹਨਾਂ ਦੇ ਜਗ੍ਹਾ ਹੈਗੀਆਂ ਵਾ ਜਿਮ ਹੈਗੇ ਆ ਉੱਥੇ ਇੱਕ ਐਸਓਪੀ ਪ੍ਰੋਵਾਈਡ ਕਰਵਾਉਂਦੇ ਜਿਹੜੇ ਡੀਸੀਜ਼ ਆ ਡੀਸੀਜ਼ ਨਾਲ ਜਿਮ ਵਾਲਿਆਂ ਦੀ ਜਿਹੜੀ ਆ ਮੀਟਿੰਗ ਕਰਵਾਉਂਦੇ ਐਸਓਪੀ ਹੁੰਦੀ ਪਰ ਆਵਰ 10 ਤੋਂ 15 ਬੰਦੇ ਵਿਦ ਮਾਸਕ ਵਿਦ ਸੈਨੀਟਾਈਜ਼ਰ ਜਿਮ ਚ ਜਾਂਦੇ ਆਪਣਾ ਵਰਕਆਊਟ ਕਰਦੇ ਫਿਰ 1 ਘੰਟੇ ਤੋਂ ਬਾਅਦ ਦੁਬਾਰਾ ਤੋਂ ਜਿਹੜਾ ਜਿਮ ਆ ਉਹ ਸੈਨੀਟਾਈਜ਼ ਕਰਵਾਇਆ ਜਾਂਦਾ ਜਿਸ ਦੇ ਨਾਲ ਕੰਮ ਵੀ ਚੱਲਦਾ ਨਹੀਂ ਜਿਹੜੇ ਯੂਥ ਜਨਰੇਸ਼ਨ ਆ ਉਹ ਕੰਮ ਕਰ ਕਰ ਰਹੀ ਆ ਜਿਮ ਚਲਾ ਰਹੀ ਆ ਠੀਕ ਆ ਉਹ ਉਹਨਾਂ ਨੂੰ ਰੋਜ਼ਗਾਰ ਵੀ ਚੱਲਦਾ ਰਹਿਣਾ ਸੀ ਨਾਲ ਦੀ ਨਾਲ ਜਿਹੜਾ ਯੂਥ ਆ ਉਹ ਨਸ਼ਿਆਂ ਤੋਂ ਦ ਔਰ ਕੈਪਟਨ ਸਾਹਿਬ ਨੇ ਕੁਝ ਨਹੀਂ ਸੋਚਿਆ ਫਰਮਾਨ ਜਿਹੜਾ ਆਪਣਾ ਫਰਮਾਨ ਕੀਤਾ ਔਰੰਗਜ਼ੇਬ ਵਾਲਾ ਫਰਮਾਨ ਕੀ ਹਾਂ ਵੀ ਜਿਮ ਬੰਦ ਕਸਰਤ ਵਾਲੀਆਂ ਜਗਾਵਾਂ ਉਹ ਬੰਦ ਜੇ ਕੋਈ ਦੌੜ ਕਰਦਾ ਵਾ ਕਸਰਤ ਕਰਦਾ ਉਹ ਵੀ ਬੰਦ ਮੈਨੂੰ ਦੱਸੋ ਕਿ ਕਿੱਦਾਂ ਆਪਾਂ ਨਸ਼ਿਆਂ ਤੋਂ ਬਚਾ ਸਕਦੇ ਆ ਪੰਜਾਬ ਦਾ ਭਵਿੱਖ ਕਿੱਦਾਂ ਆਪਾਂ ਸਹੀ ਕਰ ਸਕਦੇ ਆ ਸਰ ਜੇ ਗੱਲ ਕੀਤੀ ਜਾਵੇ ਤੁਸੀਂ ਕਪੂਰਥਲੇ ਰਹਿੰਦੇ ਹੋ ਕਪੂਰਥਲੇ ਵਿੱਚ ਜਿਹਨੂੰ ਕਹਦੋ ਕਮਿਸ਼ਨ ਫਤਿਹ ਦੇ ਤਹਿਤ ਜਿਹੜਾ ਹੁੰਦਾ ਵਾ ਕਿ ਸਫਾਈ ਤੇ ਮੈਡੀਕਲ ਫੈਸਿਲਿਟੀਆਂ ਪੂਰੀਆਂ ਉੱਥੇ ਕਪੂਰਥਲੇ 4 ਮਹੀਨੇ ਹੋ ਗਏ ਜਿਹੜੀ ਡੰਪ ਦੀ ਇਹਨਾਂ ਨੂੰ ਜਗਾ ਜੇਕ ਪ੍ਰਸ਼ਾਸਨ ਨੂੰ ਨਹੀਂ ਬੰਦੀ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਸੁਦੇ ਜੀ ਮਿਸ਼ਨ ਫਤਿਹ ਵਾਲਾ ਮੈਂ بڑا ਇੱਕ ਤੁਹਾਨੂੰ ਦੱਸਣਾ ਚਾਹੁੰਦਾ ਮਿਸ਼ਨ ਫਤਿਹ ਨਹੀਂ ਮਿਸ਼ਨ ਇਹਨਾਂ ਦਾ ਫੱਟੇ ਦੇ ਆ ਫੱਟੇ ਦੇ ਕਿਉਂ ਆ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਉਹ ਫੱਟੇ ਦੇ ਉੱਤੇ ਪੁੰਜੇ ਪਈਆਂ ਵਾ ਨਾ ਇਹਨਾਂ ਕੋ ਕੋ ਹੈਲਥ ਦੀ ਸਹੂਲਤਾਂ ਵਾ ਨਾ ਇਹਨਾਂ ਕੋ ਲੋਕਾਂ ਦੀ ਸਹੂਲਤਾਂ ਵਾ ਨਾ ਇਹਨਾਂ ਕੋ ਪੋਲਿਊਸ਼ਨ ਫਰੀ ਸਹੂਲਤ ਵਾ ਕਿਸੇ ਵੀ ਤਰ੍ਹਾਂ ਜਿਹੜੀ ਸਹੂਲਤਾਂ ਕਾਂਗਰਸ ਸਰਕਾਰ ਦੇ ਚ ਵਿਫਲ ਰਹੀ ਆ ਅਸਫਲ ਰਹੀ ਆ ਫੱਟੇ ਦੇ ਇਹਨਾਂ ਦਾ ਜਿਹੜਾ ਮਿਸ਼ਨ ਆ ਚੁੱਕਿਆ ਵਾ ਸਿਰਫ ਤੇ ਸਿਰਫ ਉਹ ਕਾਗਜ਼ਾਤ ਹੀ ਰਹਿ ਗਿਆ ਵਾ ਪੈਂਫਲੇਟ ਤੇ ਰਹਿ ਗਿਆ ਵਾ ਇਹਨਾਂ ਦੀ ਐਡਵਰਟਾਈਜ਼ਮੈਂਟ ਤੇ ਰਹਿ ਗਿਆ ਵਾ ਹੋਰ ਕੁਝ ਨਹੀਂ ਹੈਗਾ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਵਾ 4.5 ਸਾਲ ਬੇਵਕੂਫ ਬਣਾਇਆ ਅੱਗੇ ਵੀ ਜਿਹੜਾ ਕੂੜੇ ਵਾਲੀ ਦੀ ਗੱਲ ਕੀਤੀ ਆ ਮੈਂ ਪਿੱਛੇ ਵੀ ਖਬਰ ਇੱਕ ਚੱਲੀ ਸੀ ਸਾਡੇ ਨਿੱਜੀ ਚੈਨਲ ਨਿਊਜ਼ ਚੈਨਲ ਨੇ ਕੋਈ ਉਹਨਾਂ ਨੇ ਚਲਾਈ ਸੀ ਡੰਪ ਕਰ ਲੈਣਾ ਕੋ ਸਰਕਾਰੀ ਜਗ੍ਹਾ ਹੀ ਨਹੀਂ ਕਾਰਪੋਰੇਸ਼ਨ ਦੇ ਬੰਦੇ ਦੇ ਬਾਵਜੂਦ ਵੀ ਕੋਈ ਜਗ੍ਹਾ ਪ੍ਰੋਵਾਈਡ ਨਹੀਂ ਕਰ ਸਕੀ ਹੱਲੇ ਤੱਕ ਵੀ ਉਹ ਜਗ੍ਹਾ ਪ੍ਰੋਵਾਈਡ ਨਹੀਂ ਹੋ ਸਕੀ ਪ੍ਰਸ਼ਾਸਨ ਭੱਜ ਦੌੜ ਕਰ ਰਿਹਾ ਵਾ ਸਾਡੇ ਮੌਜੂਦਾ ਇੱਥੋਂ ਦੇ ਵਿਧਾਇਕ ਨੇ ਰਾਣਾ ਗੁਜੀਤ ਸਿੰਘ ਉਹਨਾਂ ਨੇ ਧਿਆਨ ਚ ਵੀ ਇਹ ਗੱਲ ਲਈ ਪਰ ਮੈਨੂੰ ਨਹੀਂ ਲੱਗਦਾ ਹਾਲ ਤੱਕ ਕਿਸੇ ਵੀ ਤਰ੍ਹਾਂ ਦਾ ਕੂੜਾ ਡੰਪ ਕਰਨ ਲਈ ਕੋਈ ਸਰਕਾਰੀ ਜਗ੍ਹਾ ਜਿਹੜੀ ਹੈ ਮੁਹੱਈਆ ਕਰਵਾ ਸਕਿਆ ਸਰ ਜੇ ਗੱਲ ਕੀਤੀ ਜਾਵੇ ਕਿ ਪੰਜਾਬ ਸਰਕਾਰ ਨੇ ਜਿਹੜਾ ਹੁਣ ਬਜਟ ਪੇਸ਼ ਕੀਤਾ 2021 ਦੇ ਵਿੱਚ ਉਹਦੇ ਵਿੱਚ ਕਈ ਲੋਕਾਂ ਨੂੰ ਲੁਭਾਵਨੀਆਂ ਜਿਹੜੀਆਂ ਸਕੀਮਾਂ ਦਿੱਤੀਆਂ ਉਹ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ 400 ਲੋਕਾਂ ਨੂੰ ਸਕੀਮਾਂ ਕਿੱਥੇ ਸੀ ਦੇਖੋ ਜੀ ਇਹ ਤੇ ਸਿਰਫ ਜਿਹੜਾ ਬਜਟ ਪੇਸ਼ ਕੀਤਾ ਨਾ ਇਹ ਕਾਂਗਰਸ ਸਰਕਾਰ ਦਾ ਨਹੀਂ ਜਿਹੜਾ ਉਹਨਾਂ ਨੇ ਨਾਮਾ ਲਿਆਂਦਾ ਨਾ ਆਪਣਾ ਪ੍ਰਸ਼ਾਂਤ ਕਿਸ਼ੋਰ ਜਿਹਨੂੰ ਪੀਕੇ ਕਹਿੰਦੇ ਆ ਉਹ ਫਿਲਮ ਵਰਗਾ ਪੀਕੇ ਆ ਜਿਹੜਾ ਵਾਅਦੇ ਕਰਕੇ ਭੁੱਲ ਜਾਂਦਾ ਤੇ ਉਹ ਕੈਪਟਨ ਦਾ ਯਰਾਨਾ ਉਹਦਾ ਬਹੁਤ ਵਧੀਆ ਨਿਭਣਾ ਕਿਉਂਕਿ ਕੈਪਟਨ ਸਾਹਿਬ ਵੀ 2017 ਚ ਵਾਅਦੇ ਕਰਕੇ ਭੁੱਲ ਗਏ ਤੇ ਉਹ ਪੀਕੇ ਜਿਹੜਾ ਵਾ ਪ੍ਰਸ਼ਾਂਤ ਕੁਸ਼ੋਰ ਉਹ ਤੇ ਵੈਸੇ ਹੀ ਪੀਕੇ ਫਿਲਮ ਵਾਲਾ ਪ੍ਰਸ਼ਾਂਤ ਕੁਸ਼ੋਰ ਆ ਉਹ ਵੀ ਵਾਅਦੇ ਕਰਕੇ ਭੁੱਲ ਜਾਂਦਾ ਵਾ ਕੋਈ ਹੋਰ ਦੁਨੀਆ ਤੋਂ ਆਇਆ ਵਾ ਸਿਰਫ ਲੋਕਾਂ ਨੂੰ ਸੁਪਨੇ ਦਿਖਾਉਂਦਾ ਵਾ ਲੋਕਾਂ ਨੂੰ ਜਿਹੜੇ ਬਜਟ ਦਿਖਾਤਾ ਕਿ ਲੋਕਾਂ ਦੀ ਸਹੂਲਤਾਂ ਲਈ ਕੀਤਾ ਗਿਆ ਵਾ ਪਰ ਇੱਕ ਵੀ ਬਜਟ ਇੰਪਲੀਮੈਂਟ ਹਲ ਤੱਕ ਨਹੀਂ ਹੋਇਆ ਬਜਟ ਕੋ ਦਾ ਪਾਸ ਹੋਇਆ ਹਲ ਤੱਕ ਕੋਈ ਇੰਪਲੀਮੈਂਟੇ ਤੇ ਸਿਰਫ ਤੇ ਸਿਰਫ 2022 ਦਾ ਜਿਹੜਾ ਇਲੈਕਸ਼ਨ ਵਾ ਇਲੈਕਸ਼ਨ ਸਟੈਂਟ ਵਾ ਉਹਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਬਜਟ ਪੇਸ਼ ਕੀਤਾ ਗਿਆ ਜਿੰਨੇ ਬਜਟ ਪੇਸ਼ ਕੀਤਾ ਉਹਨੇ ਪਰਸੋਂ ਮੈਂ ਇੱਕ ਨਿੱਜੀ ਕੋ ਨਿਊਜ਼ ਚੈਨਲ ਆ ਉੱਥੇ ਸੁਣ ਰਿਆ ਸੀ ਉਹ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਕਿ ਪ੍ਰਸ਼ਾਸਨ ਜਿਹੜਾ ਵਾ ਰਾਜਨੀਤਿਕ ਬੰਦਿਆਂ ਦੀ ਗੱਲਾਂ ਮੰਨੇ ਤੁਸੀਂ ਆਪ ਸੋਚੋ ਜਿਹੜੇ ਜਿਹੜਾ ਮੰਤਰੀ ਆ ਮਨਪ੍ਰੀਤ ਬਾਦਲ ਜੇ ਉਹਦਾ ਪ੍ਰਸ਼ਾਸਨੋਂ ਦੀ ਗੱਲ ਨਹੀਂ ਸੁਣ ਰਿਆ ਇਹ ਲੋਕਾਂ ਲਈ ਕੀ ਹੱਲ ਕਰਨਗੇ ਮੈਨੂੰ ਨਹੀਂ ਲੱਗਦਾ ਕੈਪਟਨ ਸਰਕਾਰ ਦੇਤੇ ਨੇ ਮੰਤਰੀਆਂ ਬਾਜ਼ਰੀ ਕੋਈ ਗੱਲ ਆ ਪ੍ਰਸ਼ਾਸਨ ਨੂੰ ਵੀ ਪਤਾ ਕਿ ਇਹ ਫੇਲ ਮੰਤਰੀ ਆ ਇਹਨਾਂ ਦੇ ਬਾਸੇ ਕੁਝ ਨਹੀਂ ਆ ਸ਼ੋਮਨੀ ਗੱਲ ਦ 2022 ਚ ਪੂਨ ਬਹੁਮੰਦ ਸਰਕਾਰ ਬਣਾਉ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸੀਐਮ ਬਣ ਕੇ ਲੋਕਾਂ ਦੀਆਂ ਜਣੀਆਂ ਮੁਸ਼ਕਲਾਂ ਉਹਨਾਂ ਨੂੰ ਦੂਰ ਕਰਨਗੇ ਬਹੁਤ ਬਹੁਤ ਧੰਨਵਾਦ